ਤੁਹਾਨੂੰ ਪਾਰਟੀ ਨੇ ਕਿਸ ਅਹੁਦੇ ਨਾਲ ਜਿਹੜਾ ਨਵਾਜਿਆ ਜੀ? ਮੈਂ ਰਿਸ਼ੀ ਕਾਂਤ, ਆਮ ਆਦਮੀ ਪਾਰਟੀ ਗੁਰਦਾਸਪੁਰ ਤੋਂ। ਸਾਰਿਆਂ ਤੋਂ ਪਹਿਲਾਂ ਮੈਂ ਸਮੁੱਚੀ ਹਾਈਕਮਾਂਡ ਟੀਮ ਅਰਵਿੰਦ ਕੇਜਰੀਵਾਲ ਜੀ, ਸਰਦਾਰ ਭਗਵੰਤ ਮਾਨ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਅਤੇ ਜਿਨ੍ਹਾਂ ਨੇ ਮੈਨੂੰ ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਵਪਾਰ ਵਿੰਗ ਦਾ, ਟਰੇਡ ਵਿੰਗ ਦਾ ਕੋਆਰਡੀਨੇਟਰ ਲਗਾਇਆ ਵਾ। ਅਤੇ ਮੈਂ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਚਾਹੁੰਦਾ ਕਿ ਜਿਹੜਾ ਉਹਨਾਂ ਨੇ ਮੈਨੂੰ ਇਹ ਅਹੁਦੇ ਨਾਲ ਨਵਾਜ਼ਿਆ ਏ, ਅਤੇ ਮੈਂ ਬੜੇ ਹੀ ਆਪਣੇ ਤਨੋ ਦਿਲੋਂ ਦੇ ਨਾਲ ਇਸ ਮਤਲਬ ਕਿ ਜ਼ਿੰਮੇਵਾਰੀ ਨੂੰ ਨਿਭਾਵਾਂਗਾ। ਅੱਗੇ ਵੀ ਮੈਂ ਵੱਖ ਵੱਖ ਅਹੁਦਿਆਂ 'ਤੇ ਕੰਮ ਕਰਦਾ ਰਿਹਾ ਵਾਂ। ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਵੀ ਨਿਭਾਈ ਆ, ਅਤੇ ਮੈਨੂੰ ਬਲਾਕ ਪ੍ਰਭਾਰੀ ਦੀ ਜ਼ਿੰਮੇਵਾਰੀ ਵੀ ਮੈਂ ਨਿਭਾ ਰਹਾ ਹਾਂ। ਸੋ ਅਸੀਂ ਗੱਲ ਕਰਦੇ ਹਾਂ ਵਪਾਰੀਆਂ ਦੀ। ਦੇਖੋ ਜੀ, ਕੋਈ ਵੀ ਸਰਕਾਰ ਬਣਾਉਣ ਵਿੱਚ ਵਪਾਰੀਆਂ ਦਾ ਸਾਰਿਆਂ ਤੋਂ ਵੱਡਾ ਹੱਥ ਹੁੰਦਾ ਵਾ, ਕਿਉਂਕਿ ਕੋਈ ਵੀ ਸਰਕਾਰ ਦੇ ਵਿੱਚ ਸਾਰਿਆਂ ਤੋਂ ਟੈਕਸ ਜਿਹੜਾ ਵਾ ਉਹ ਵਪਾਰੀ ਹੀ ਵਰਗ ਦਿੰਦਾ ਵਾ। ਅਤੇ ਅਸੀਂ ਵੀ ਹੁਣ ਸਾਰੇ ਹੀ ਵਪਾਰੀ ਵਰਗ ਨੂੰ ਗੁਰਦਾਸਪੁਰ ਦੇ ਵਿੱਚ ਮਤਲਬ ਕਿ ਹਰ ਇੱਕ ਵਪਾਰੀ ਵਰਗ ਨੂੰ ਅੱਗੇ ਲੈ ਕੇ ਜਾਵਾਂਗੇ। ਉਹਨਾਂ ਨੂੰ ਆਉਣ ਵਾਲੀਆਂ ਮੁਸੀਬਤਾਂ ਅਤੇ ਜੋ ਭਗਵੰਤ ਮਾਨ ਜੀ ਨੇ ਉਹਨਾਂ ਨੂੰ ਸਕੀਮਾਂ ਜਾਂ ਉਹਨਾਂ ਦੇ ਏਜੰਡੇ ਆ ਉਹਨਾਂ ਤੱਕ ਪਹੁੰਚਾਵਾਂਗੇ, ਅਤੇ ਉਹਨਾਂ ਨੂੰ ਸੋਚ ਜਿਹੜੀ ਆ ਭਗਵੰਤ ਮਾਨ ਜੀ ਦੀ ਸੋਚ ਆ ਉਹ ਅੱਗੇ ਲੈ ਕੇ ਜਾਵਾਂਗੇ। ਇਹ ਗੱਲ ਕਰੀਏ, ਸਮਾਂ 2 ਮਹੀਨੇ ਦਾ ਇਲੈਕਸ਼ਨ 'ਚ ਬਣਿਆ, ਪਾਰਲੀਮੈਂਟ ਇਲੈਕਸ਼ਨ 'ਚ ਕਿਵੇਂ ਤਿਆਰੀ ਦੇਖਦੇ ਹੋ? ਦੇਖੋ ਜੀ, ਸਾਰਿਆਂ ਨੂੰ ਪਤਾ ਵਾ ਕਿ ਜਿਹੜਾ ਵਾ ਚੋਣਾਂ ਦਾ ਵਿਗਲ ਜਿਹੜਾ ਵਾ ਉਹ ਵੱਜ ਚੁੱਕਿਆ ਵਾ। ਠੀਕ ਆ ਜੀ, 1 ਮਈ ਦੇ ਵਿੱਚ 1 ਮਈ ਨੂੰ ਚੋਣਾਂ ਜਿਹੜੀਆਂ ਵਾ ਉਹ ਹੋਣ ਜਾ ਰਹੀਆਂ ਵਾ। ਦੇਖੋ ਜੀ, ਸਾਰਿਆਂ ਨੂੰ ਪਤਾ ਵਾ, ਜਿਸ ਤਰ੍ਹਾਂ ਭਗਵੰਤ ਮਾਨ ਜੀ ਕਹਿ ਰਹੇ ਆ ਕਿ ਆਮ ਆਦਮੀ ਪਾਰਟੀ ਨੂੰ ਜਿਹੜੀ ਆ ਉਹ ਲੋਕ ਸਭਾ ਦੇ ਵਿੱਚ 13 ਸੀਟਾਂ ਹੀ ਆਮ ਆਦਮੀ ਪਾਰਟੀ ਨੂੰ ਆ ਰਹੀਆਂ ਵਾ, ਅਤੇ ਸਾਨੂੰ ਸਾਰਿਆਂ ਨੂੰ ਵੀ ਇਹੀ ਲੱਗਦਾ ਵਾ ਕਿਉਂਕਿ ਹਰ ਇੱਕ ਜਿਹੜਾ ਵਾ ਉਹ ਹਰ ਇੱਕ ਦੇ ਬੱਚੇ ਬੱਚੇ ਦੀ ਮਤਲਬ ਕਿ ਮੂੰਹ 'ਤੇ ਆਵਾਜ਼ ਹੈਗੀ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਵਿੱਚ ਅੱਗੇ ਵੱਧ ਕੇ ਆ ਰਹੀ ਆ। ਸੋ ਸੰਸਦ ਵਿੱਚ ਵੀ ਭਗਵੰਤ ਮਾਨ ਦੀ ਆਵਾਜ਼ ਆ ਰਹੀ ਆ। ਸੋ ਇਸ ਵਾਰ ਮਤਲਬ ਕਿ ਲੋਕ ਸਭਾ ਦੀਆਂ ਸੀਟਾਂ ਵਿੱਚ 13 ਸੀਟਾਂ ਜਿਹੜੀਆਂ ਉਹ ਮਤਲਬ ਕਿ ਆ ਰਹੀਆਂ। ਗੁਰਦਾਸਪੁਰ ਦੇ ਵਿੱਚ ਵੀ ਬਹੁਤ ਹੀ ਤੇਜ਼ੀ ਨਾਲ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ। ਹਰ ਇੱਕ ਜਿਹੜੇ ਆ ਮਤਲਬ ਕਿ ਵਲੰਟੀਅਰ ਸਾਥੀ ਜਿਹੜੇ ਆ ਅਹੁਦੇਦਾਰ ਸਾਥੀ ਆ ਉਹ ਡੋਰ ਟੂ ਡੋਰ ਜਾ ਕੇ ਭਗਵੰਤ ਮਾਨ ਜੀ ਦੇ ਜੋ ਏਜੰਡੇ ਆ, ਅਰਵਿੰਦ ਕੇਜਰੀਵਾਲ ਦੀ ਜੋ ਸੋਚ ਆ ਉਹ ਘਰ ਘਰ ਪਹੁੰਚਾ ਰਹੇ ਆ। ਕਿਤੇ ਲੱਗਦਾ ਹੈ ਤੁਹਾਨੂੰ ਕਿ 1,000 ਰੁਪਈਆ ਜਿਹੜਾ ਬੀਬੀਆਂ ਦਾ ਅੱਜ ਤੱਕ ਸਰਕਾਰ ਨੇ ਜਿਹੜਾ ਉਹ ਐਲਾਨ ਨਹੀਂ ਕੀਤਾ, ਇਹਦਾ ਇਫੈਕਟ ਨਹੀਂ ਚੋਣਾਂ ਦੇ ਵਿੱਚ ਪਏਗਾ? ਦੇਖੋ ਜੀ, ਕੋਈ ਵੀ ਜਿਹੜੀ ਆ ਮਤਲਬ ਕਿ ਚੀਜ਼ ਆ ਉਹਨੂੰ ਥੋੜ੍ਹਾ ਟਾਈਮ ਲੱਗਦਾ ਵਾ। ਦੇਖੋ ਜੀ, ਅੱਗੇ ਵੀ ਅਸੀਂ ਗਰੰਟੀਆਂ ਜਿਹੜੀਆਂ ਦਿੱਤੀਆਂ ਉਹ ਪੂਰੀਆਂ ਕੀਤੀਆਂ, ਕਿਉਂਕਿ 300 ਯੂਨਿਟ ਦੀ ਜਿਹੜੀ ਅਸੀਂ ਗਰੰਟੀ ਦਿੱਤੀ ਸੀ ਸਕੂਲ ਆਫ ਐਮੀਨੈਂਸ ਜਿਹੜਾ ਵਾ। ਠੀਕ ਆ ਜੀ, ਔਰ ਹੈਲਥ ਸਿਸਟਮ ਵਿੱਚ ਜਿਹੜੀਆਂ ਅਸੀਂ ਗਰੰਟੀਆਂ ਦਿੱਤੀਆਂ ਉਹ, ਕਿਉਂਕਿ ਉਹ ਸਾਰੀਆਂ ਮਤਲਬ ਕਿ ਗਰੰਟੀਆਂ 'ਤੇ ਅਸੀਂ ਖਰੇ ਉਤਰੇ ਹਾਂ। 1,000 ਰੁਪਏ ਵਾਲੀ ਜਿਹੜੀ ਸਕੀਮ ਆ ਉਹ ਵੀ ਅਸੀਂ ਜਲਦ ਤੋਂ ਜਲਦ ਮਤਲਬ ਕਿ ਉਹ ਲੋਕਾਂ ਦੇ ਸਨਮੁੱਖ ਰੱਖਾਂਗੇ, ਕਿਉਂਕਿ ਜਿਹੜੇ ਅਸੀਂ ਗਰੰਟੀਆਂ ਦਿੱਤੀਆਂ ਵਾ ਉਹ ਸਟੈਪ ਬਾਈ ਸਟੈਪ ਅਸੀਂ ਸਾਰੀਆਂ ਹੀ ਪੂਰੀਆਂ ਕਰਦੇ ਆ ਰਹੇ ਹਾਂ। ਵਿਰੋਧੀਆਂ ਦਾ ਕਹਿਣਾ ਸਰ ਕਿ ਪ੍ਰਸ਼ਾਸਨ ਵੱਲੋਂ ਘਰ ਘਰ ਜਾ ਕੇ ਲੋਕਾਂ ਦੀਆਂ ਸਮੱਸਿਆ ਸੁਣੀਆਂ ਜਾ ਰਹੀਆਂ, ਪਰ ਕਹਿੰਦੇ ਇੱਕ ਡਰਾਮਾ। ਦੇਖੋ ਜੀ, ਪਹਿਲਾਂ ਕੀ ਹੁੰਦਾ ਸੀ, ਸਰਕਾਰ ਦੇ ਜਿਹੜੇ ਕੰਮ ਸੀ ਉਹ ਮਤਲਬ ਕਿ ਲੋਕਾਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਸੀ। ਜਦੋਂ ਅਸੀਂ ਕਿਸੇ ਵੀ ਦਫ਼ਤਰ ਦੇ ਵਿੱਚ ਜਾਂਦੇ ਸੀ ਅਤੇ ਕਿੰਨੀਆਂ ਕਿੰਨੀਆਂ ਲੰਮੀਆਂ ਕਤਾਰਾਂ ਦੇ ਵਿੱਚ ਜਿਹੜਾ ਸਾਨੂੰ ਲੱਗਣਾ ਪੈਂਦਾ ਸੀ, ਕਈ ਕਈ ਸਾਡਾ ਸਮਾਂ ਬਰਬਾਦ ਹੁੰਦਾ ਸੀ, ਅਤੇ ਕਈ ਅਫਸਰਾਂ ਵੱਲੋਂ ਮਤਲਬ ਕਿ ਪੈਸੇ ਦੀ ਮੰਗ ਵੀ ਕੀਤੀ ਜਾਂਦੀ ਸੀ, ਅਤੇ ਕਈ ਵਾਰ ਬੰਦਾ ਮਤਲਬ ਕਿ ਮਹਾਤੜ ਬੰਦਾ ਸਾਥੀ ਉਹ ਪੈਸੇ ਨਹੀਂ ਮਤਲਬ ਕਿ ਦੇ ਸਕਦਾ ਅਤੇ ਉਹਨਾਂ ਦੇ ਕੰਮ ਵੀ ਮਤਲਬ ਕਿ ਨਹੀਂ ਹੁੰਦੇ ਸੀ। ਹੁਣ ਭਗਵੰਤ ਮਾਨ ਦੀ ਸੋਚ ਨੇ ਇੰਨਾ ਵਧੀਆ ਉਪਰਾਲਾ ਕੀਤਾ ਵਾ ਕਿ ਹਰ ਇੱਕ ਪਿੰਡ ਦੇ ਵਿੱਚ, ਹਰ ਇੱਕ ਵਾਰਡ ਦੇ ਵਿੱਚ, ਸ਼ਹਿਰ ਦੇ ਵਿੱਚ ਜਿਹੜਾ ਵਾ ਸਰਕਾਰ ਵੱਲੋਂ ਜਿਹੜਾ ਵਾ ਉਹ ਸਰਕਾਰ ਤੁਹਾਡੇ ਦੁਆਰ
ਨਾਂ ਦੇ ਕੈਂਪ ਲਗਾਏ ਜਾਂਦੇ ਆ, ਜਿਸ ਵਿੱਚ ਉਹਨਾਂ ਦੇ ਮਤਲਬ ਕਿ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਵਾ, ਬਿਜਲੀ ਦੀ ਮੁਸ਼ਕਲ ਆ ਰਹੀ ਆ ਜਾਂ ਉਹਨਾਂ ਦੇ ਰਾਸ਼ਨ ਕਾਰਡ ਦੀ ਮੁਸ਼ਕਲ ਆ ਰਹੀ ਆ, ਠੀਕ ਆ ਨਾ, ਹਰ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਮੌਕੇ 'ਤੇ ਜਿਹੜੀਆਂ ਉਹਨਾਂ ਦਾ ਹੱਲ ਕੀਤਾ ਜਾ ਰਿਹਾ ਵਾ। ਸਰ ਆਖਰੀ ਵਾਰ ਰਿਸ਼ੀਕਾਂਤ, ਥੋੜ੍ਹੇ ਸਮੇਂ ਦੇ ਵਿੱਚ ਹੀ ਪਬਲਿਕ ਦਾ ਮੂਵਮੈਂਟ ਜਿਹੜਾ ਤੁਹਾਡੇ ਵੱਲ ਹੈ, ਕੀ ਕਹਿਣਾ ਚਾਹੋਗੇ? ਦੇਖੋ ਜੀ, ਸਾਡਾ ਸ਼ੁਰੂ ਤੋਂ ਹੀ ਇਹੀ ਏਮ ਰਿਹਾ ਵਾ ਕਿ ਲੋਕਾਂ ਦੀ ਸੇਵਾ ਕਰਨੀ ਹੈ, ਠੀਕ ਆ ਜੀ। ਅਸੀਂ ਭਾਵੇਂ ਕਿਸੇ ਅਹੁਦੇ 'ਤੇ ਹੋਈਏ ਭਾਵੇਂ ਨਾ ਹੋਈਏ, ਸਾਡਾ ਇੱਕੋ ਏਮ ਆ ਲੋਕਾਂ ਦੇ ਜਿਹੜੀਆਂ ਆ ਰਹੀਆਂ ਮੁਸੀਬਤਾਂ ਉਹਨਾਂ ਦੇ ਨਾਲ ਹਰ 24 ਘੰਟੇ ਮਤਲਬ ਕਿ ਖੜ੍ਹੇ ਰਹੀਏ, ਠੀਕ ਆ, ਉਹਨਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰੀਏ।